ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲੰਧਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠੇ ਖਾਧੇ। ਉੱਥੇ ਪਰੌਂਠੇ ਬਣਾਉਣ ਵਾਲੇ ਦੀ ਜੰਮ ਕੇ ਤਾਰੀਫ ਵੀ ਕੀਤੀ। ਦਰਅਸਲ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਦੇਖਿਆ ਸੀ ਹਾਰਟ ਅਟੈਕ ਪਰੌਂਠੇ ਵਾਲੇ ਦਾ ਵੀਡੀਓ, ਅਤੇ ਦੇਖਣ ਤੋਂ ਬਾਅਦ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਜਦੋਂ ਵੀ ਜਲੰਧਰ ਜਾਣਗੇ ਤਾਂ ਹਾਰਟ ਅਟੈਕ ਪਰੌਂਠੇ ਵਾਲੇ ਦਾ ਪਰੌਂਠਾ ਜ਼ਰੂਰ ਖਾ ਕੇ ਆਉਣਗੇ। ਹੁਣ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠਿਆਂ ਦਾ ਸਵਾਦ ਲਿਆ। ਉੱਥੇ ਹੀ ਠੰਡ ਦੇ ਵਿੱਚ ਗਰਮ ਗਰਮ ਚਾਹ ਵੀ ਪੀਤੀ। ਇਸ ਦੌਰਾਨ ਉਹਨਾਂ ਦੀ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਲ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਅਤੇ ਉਹਨਾਂ ਦੀ ਪਤਨੀ ਗਿੰਨੀ ਵੀ ਨਜ਼ਰ ਆ ਰਹੀ ਹੈ। ਦਰਅਸਲ ਦਵਿੰਦਰ ਸਿੰਘ ਨਾਂ ਦੇ ਸ਼ਖਸ ਨੇ ਰਾਤ ਦੇ ਸਮੇਂ ਪਰੌਂਠੇ ਬਣਾਉਣੇ ਸ਼ੁਰੂ ਕੀਤੇ ਸੀ, ਜਿਸ ਤੋਂ ਬਾਅਦ ਉਸਦੀ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋਈਆਂ, ਤੇ ਰਾਤ ਦੇ ਸਮੇਂ ਹੀ ਲੋਕਾਂ ਦੀ ਭੀੜ ਉਸਦੀ ਦੁਕਾਨ ਤੇ ਲੱਗਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਹੀ ਵੀਰ ਦਵਿੰਦਰ ਦਾ ਨਾਂ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਂ ਦੇ ਉੱਤੇ ਦਿੱਤਾ ਗਿਆ, ਜੋ ਕਿ ਕਾਫੀ ਮਸ਼ਹੂਰ ਵੀ ਹੋਇਆ। ਕਪਿਲ ਸ਼ਰਮਾ ਦਾ ਸਹੁਰੇ ਵੀ ਜਲੰਧਰ ਤੋਂ ਹੈ ਤੇ ਉਹ ਅੰਮ੍ਰਿਤਸਰ ਦੇ ਹਨ। ਕਾਮੇਡੀ ਜਗਤ ਵਿੱਚ ਕਪਿਲ ਸ਼ਰਮਾ ਦਾ ਵੱਡਾ ਨਾਮ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲੰਧਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠੇ ਖਾਧੇ। ਉੱਥੇ ਪਰੌਂਠੇ ਬਣਾਉਣ ਵਾਲੇ ਦੀ ਜੰਮ ਕੇ ਤਾਰੀਫ ਵੀ ਕੀਤੀ। ਦਰਅਸਲ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਦੇਖਿਆ ਸੀ ਹਾਰਟ ਅਟੈਕ ਪਰੌਂਠੇ ਵਾਲੇ ਦਾ ਵੀਡੀਓ, ਅਤੇ ਦੇਖਣ ਤੋਂ ਬਾਅਦ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਜਦੋਂ ਵੀ ਜਲੰਧਰ ਜਾਣਗੇ ਤਾਂ ਹਾਰਟ ਅਟੈਕ ਪਰੌਂਠੇ ਵਾਲੇ ਦਾ ਪਰੌਂਠਾ ਜ਼ਰੂਰ ਖਾ ਕੇ ਆਉਣਗੇ। ਹੁਣ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠਿਆਂ ਦਾ ਸਵਾਦ ਲਿਆ। ਉੱਥੇ ਹੀ ਠੰਡ ਦੇ ਵਿੱਚ ਗਰਮ ਗਰਮ ਚਾਹ ਵੀ ਪੀਤੀ। ਇਸ ਦੌਰਾਨ ਉਹਨਾਂ ਦੀ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਲ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਅਤੇ ਉਹਨਾਂ ਦੀ ਪਤਨੀ ਗਿੰਨੀ ਵੀ ਨਜ਼ਰ ਆ ਰਹੀ ਹੈ। ਦਰਅਸਲ ਦਵਿੰਦਰ ਸਿੰਘ ਨਾਂ ਦੇ ਸ਼ਖਸ ਨੇ ਰਾਤ ਦੇ ਸਮੇਂ ਪਰੌਂਠੇ ਬਣਾਉਣੇ ਸ਼ੁਰੂ ਕੀਤੇ ਸੀ, ਜਿਸ ਤੋਂ ਬਾਅਦ ਉਸਦੀ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋਈਆਂ, ਤੇ ਰਾਤ ਦੇ ਸਮੇਂ ਹੀ ਲੋਕਾਂ ਦੀ ਭੀੜ ਉਸਦੀ ਦੁਕਾਨ ਤੇ ਲੱਗਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਹੀ ਵੀਰ ਦਵਿੰਦਰ ਦਾ ਨਾਂ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਂ ਦੇ ਉੱਤੇ ਦਿੱਤਾ ਗਿਆ, ਜੋ ਕਿ ਕਾਫੀ ਮਸ਼ਹੂਰ ਵੀ ਹੋਇਆ। ਕਪਿਲ ਸ਼ਰਮਾ ਦਾ ਸਹੁਰੇ ਵੀ ਜਲੰਧਰ ਤੋਂ ਹੈ ਤੇ ਉਹ ਅੰਮ੍ਰਿਤਸਰ ਦੇ ਹਨ। ਕਾਮੇਡੀ ਜਗਤ ਵਿੱਚ ਕਪਿਲ ਸ਼ਰਮਾ ਦਾ ਵੱਡਾ ਨਾਮ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲੰਧਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠੇ ਖਾਧੇ। ਉੱਥੇ ਪਰੌਂਠੇ ਬਣਾਉਣ ਵਾਲੇ ਦੀ ਜੰਮ ਕੇ ਤਾਰੀਫ ਵੀ ਕੀਤੀ। ਦਰਅਸਲ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਦੇਖਿਆ ਸੀ ਹਾਰਟ ਅਟੈਕ ਪਰੌਂਠੇ ਵਾਲੇ ਦਾ ਵੀਡੀਓ, ਅਤੇ ਦੇਖਣ ਤੋਂ ਬਾਅਦ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਜਦੋਂ ਵੀ ਜਲੰਧਰ ਜਾਣਗੇ ਤਾਂ ਹਾਰਟ ਅਟੈਕ ਪਰੌਂਠੇ ਵਾਲੇ ਦਾ ਪਰੌਂਠਾ ਜ਼ਰੂਰ ਖਾ ਕੇ ਆਉਣਗੇ। ਹੁਣ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ ਹਾਰਟ ਅਟੈਕ ਪਰੌਂਠੇ ਵਾਲੇ ਦੇ ਪਰੌਂਠਿਆਂ ਦਾ ਸਵਾਦ ਲਿਆ। ਉੱਥੇ ਹੀ ਠੰਡ ਦੇ ਵਿੱਚ ਗਰਮ ਗਰਮ ਚਾਹ ਵੀ ਪੀਤੀ। ਇਸ ਦੌਰਾਨ ਉਹਨਾਂ ਦੀ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਲ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਅਤੇ ਉਹਨਾਂ ਦੀ ਪਤਨੀ ਗਿੰਨੀ ਵੀ ਨਜ਼ਰ ਆ ਰਹੀ ਹੈ। ਦਰਅਸਲ ਦਵਿੰਦਰ ਸਿੰਘ ਨਾਂ ਦੇ ਸ਼ਖਸ ਨੇ ਰਾਤ ਦੇ ਸਮੇਂ ਪਰੌਂਠੇ ਬਣਾਉਣੇ ਸ਼ੁਰੂ ਕੀਤੇ ਸੀ, ਜਿਸ ਤੋਂ ਬਾਅਦ ਉਸਦੀ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋਈਆਂ, ਤੇ ਰਾਤ ਦੇ ਸਮੇਂ ਹੀ ਲੋਕਾਂ ਦੀ ਭੀੜ ਉਸਦੀ ਦੁਕਾਨ ਤੇ ਲੱਗਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਹੀ ਵੀਰ ਦਵਿੰਦਰ ਦਾ ਨਾਂ ਹਾਰਟ ਅਟੈਕ ਪਰੌਂਠੇ ਵਾਲੇ ਦੇ ਨਾਂ ਦੇ ਉੱਤੇ ਦਿੱਤਾ ਗਿਆ, ਜੋ ਕਿ ਕਾਫੀ ਮਸ਼ਹੂਰ ਵੀ ਹੋਇਆ। ਕਪਿਲ ਸ਼ਰਮਾ ਦਾ ਸਹੁਰੇ ਵੀ ਜਲੰਧਰ ਤੋਂ ਹੈ ਤੇ ਉਹ ਅੰਮ੍ਰਿਤਸਰ ਦੇ ਹਨ। ਕਾਮੇਡੀ ਜਗਤ ਵਿੱਚ ਕਪਿਲ ਸ਼ਰਮਾ ਦਾ ਵੱਡਾ ਨਾਮ ਹੈ ਤੇ ਉਹ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ।